ਪ੍ਰਧਾਨ ਜੀ ਇਹ ਪ੍ਰੋਬਲਮ ਹੋ ਗਈ, ਮੈਂ ਬੜਾ ਸ਼ੌਕਿੰਗ ਹੋ ਗਿਆ ਕਿਉਂਕਿ ਮਹੀਨੇ ਚ ਦੂਜੀ ਵਟਾ ਉਸੇ ਰੋਡ ਤੇ। ਅਸੀਂ ਇਹਨਾਂ ਕੋਲੋਂ ਸੰਡੇ ਨੂੰ ਕੋਈ ਗਿਫਟ ਪੈਕ ਪਰਚੇਜ਼ ਕੀਤਾ ਸੀਗਾ, ਉਹਦੇ ਵਿੱਚ ਟੋਕਰੀ ਵਿੱਚ ਚੋਕਲੇਟ ਵਗੈਰਾ ਅਤੇ ਚਿਪਸ ਵਗੈਰਾ ਅਤੇ ਆਪਣੇ ਜੂਸ ਵਗੈਰਾ ਸੀਗਾ ਜੀ। ਅਸੀਂ ਉਹਦੀ ਕੋਈ ਡੇਟ ਨਹੀਂ ਦੇਖੀ, ਇਹਨਾਂ ਤੋਂ ਲਿੱਤਾ, ਇਹਨਾਂ ਨੇ ਸਾਡੇ 300 ਰੁਪਏ ਲਿੱਤੇ। ਅਸੀਂ ਅੱਗੇ ਸਾਡੇ ਸਮਝੀ ਸੀਗੇ, ਉਹਨਾਂ ਦੀ ਪੋਤੀ ਸੀਗੀ, ਅਸੀਂ ਉਹਨਾਂ ਨੂੰ ਗਿਫਟ ਕਰਤਾ ਜੀ ਸੋਮਵਾਰ ਨੂੰ, ਅਤੇ ਉਹ ਉਹਦੇ ਮੈਰਿਜ 'ਤੇ ਸੀਗੇ। ਉਹ ਕਹਿੰਦੇ ਵੀ ਬੈਗ 'ਚ ਪਾ ਲਈ, ਅਸੀਂ ਬੁੱਧਵਾਰ ਜਾਣਾ ਤਾਂ ਉੱਥੇ ਜਾ ਕੇ ਆਪਾਂ ਦੇਖ ਲਵਾਂਗੇ ਜੋ ਖਾਣਾ ਪੀਣਾ ਉੱਥੇ ਕਰ ਲਵਾਂਗੇ। ਅਤੇ ਉਹ ਬੁੱਧਵਾਰ ਉੱਥੇ ਪਹੁੰਚੇ, ਬੁੱਧਵਾਰ ਪਹੁੰਚਣ ਤੋਂ ਬਾਅਦ ਉਹਨੇ 4 ਵਜੇ ਕੋਈ ਚੋਕਲੇਟ ਖਾਧੀ, 2 ਘੰਟੇ ਬਾਅਦ ਉਹਨਾਂ ਨੂੰ ਦਸਤ ਲੱਗ ਗਏ, ਅਤੇ ਉਹ ਡਾਕਟਰ ਕੋਲ ਦਵਾਈ ਲਿਆ ਵੀ ਚਲੋ ਨੋਰਮਲ ਜਿਹਾ ਦਸਤ ਲੱਗਿਆ ਕੋਈ ਗੱਲ ਨਹੀਂ। ਉਹ ਜਿਉਂ ਜਿਉਂ ਸਮੇਂ ਬੀਤਦਾ ਗਿਆ, ਰਾਤੀ 11 ਵਜੇ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਸਟਾਰਟ ਹੋ ਗਈਆਂ, ਬਾਥਰੂਮ ਰਹੇ, ਲੈਟਰਿੰਗ ਰਹੇ, ਅਤੇ ਮੂੰਹ ਰਹੇ ਇਹਨਾਂ ਨੂੰ ਬਲੱਡ ਆਉਣ ਲੱਗ ਗਿਆ। ਅਤੇ ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਕੋਲ ਜ਼ਹਿਰੀਲੀ ਚੀਜ਼ ਖਾਧੀ ਹੈ, ਅਤੇ ਤੁਸੀਂ ਦੇਖੋ ਹੁਣ ਕਿਆ ਖਾਧਾ। ਅਤੇ ਉਹਨਾਂ ਦਾ ਸਾਰਾ ਧਿਆਨ ਚੋਕਲੇਟ ਦੇ ਉੱਪਰ ਹੀ ਗਿਆ, ਜੋ ਚੋਕਲੇਟ ਦੇ ਅਸੀਂ ਲੇਬਲ ਕੱਢੇ ਉੱਥੇ ਸਾਰੇ 6-6 ਮਹੀਨੇ ਪੁਰਾਣੇ ਐਕਸਪੀਰੀਅਡ ਸੀ। ਉਹਨਾਂ ਨੇ ਸਾਨੂੰ ਫੋਟੋ ਭੇਜਤੀ ਵੀ ਤੁਸੀਂ ਐਕਸਪੀਰੀਅਡ ਦਾ ਸਾਨੂੰ ਸਮਾਨ ਦਿੱਤਾ, ਉਰੇ ਅਸੀਂ ਉਹੀ ਸਮਾਨ ਪਰਚੇਜ਼ ਕਰਨ ਆਏ ਦੁਬਾਰਾ। ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਖਬਰ ਮਿਲ ਗਈ ਵੀ ਤੁਹਾਡੇ ਤੋਂ ਕੋਈ ਕੇਸ ਪੈਣ ਵਾਲਾ, ਇਹਨਾਂ ਨੇ ਸਮਾਨ ਉਧਰ ਕਰਤਾ। ਸਰ ਚੈਕਿੰਗ ਕਰ ਰਿਹਾ, ਪਰ ਜੇ ਸਾਨੂੰ ਕੰਪਲੇਂਟ ਮਿਲਦੀ ਹੈ ਜਿਵੇਂ ਅੱਜ ਦੀ ਕੰਪਲੇਂਟ ਮਿਲੀ, ਅਸੀਂ ਇਮੀਡੀਏਟਲੀ ਪੁਲਿਸ ਦੇ ਨਾਲ ਆ ਕੇ ਅਤੇ ਟੀਮ ਬਣਾ ਕੇ ਵਿਦਨ ਆਰ ਅਸੀਂ ਇਸ ਰਿਪੋਰਟ ਇਹਦੇ ਉੱਤੇ ਪਹੁੰਚੇ। ਸਵੇਰੇ ਸਾਡੇ ਕੋਲ ਵਿੱਕੀ ਜੀ ਆਏ, ਉਹਨੇ ਦੱਸਿਆ ਵੀ ਪ੍ਰਧਾਨ ਜੀ ਇਹ ਕਰਕੇ ਇਹ ਘਟਨਾ ਹੋ ਗਈ ਹੈ। ਮੈਨੂੰ ਬੜਾ ਸਦਮਾ ਲੱਗਿਆ, ਮੈਂ ਕਿਹਾ ਇਹ ਤਾਂ ਪਹਿਲਾਂ ਵੀ ਇੱਕ ਵਾਰ ਉੱਧਰ ਹੋਇਆ, ਕਦੀ ਪ੍ਰਧਾਨ ਜੀ ਹੋ ਗਈ। ਮੈਂ ਕਿਹਾ ਅਸੀਂ ਕੋਤਵਾਲੀ ਜਾਂਦੇ ਹਾਂ, ਕੋਤਵਾਲੀ ਜਾ ਕੇ ਅਸੀਂ ਕੰਪਲੇਂਟ ਕਰਾਈ, ਐਸ ਐਸ ਓ ਸਾਹਿਬ ਨਾਲ ਮਿਲੇ, ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਅਸੀਂ ਦੇਖੋ ਕਾਰਵਾਈ ਕਰ ਰਹੇ ਹਾਂ। ਉਸ ਦਿਨ 4-5 ਟੋਕਰੀਆਂ ਪਈ ਸੀਗੀਆਂ, ਇਹਨੇ ਸਪੈਸ਼ਲ ਸਾਨੂੰ ਕਾਊਂਟਰ ਤੋਂ ਵਿੱਚੋਂ ਕੱਢ ਕੇ ਦਿੱਤੇ। ਦੁਕਾਨਦਾਰ ਨਾਲ ਗੱਲਬਾਤ ਕੀਤੀ, ਤੁਸੀਂ ਦਿਖਾਇਆ ਉਹਨਾਂ ਨੂੰ ਪੈਸੇ ਨਹੀਂ, ਮੈਂ ਕੈਸ਼ ਹੀ ਨਹੀਂ ਆ, ਪੈਸੇ ਇਹ ਕੱਢਦੇ ਕੈਮਰੇ ਪਏ ਚੈੱਕ ਕਰ ਲਓ, ਕਹਿੰਦੇ ਮੈਂ ਪੈਸੇ ਹੀ ਨਹੀਂ ਕੱਢਦਾ। ਇਹ ਕਿਹੜੀ ਜਗ੍ਹਾ ਹੈਗੀ ਔਰ ਸਾਡਾ ਕੀ ਸਪੈਸ਼ਲ ਕੁਝ ਵੀ ਮੁੱਦਾ ਚੱਕਿਆ ਹੈਗਾ, ਕਿਸ ਤਰ੍ਹਾਂ ਦੇਖ ਜਾਓ ਸਾਰਾ ਦੀ ਸਵੇਰੇ ਮੇਰੇ ਕੋਲ ਆਏ ਸੀ ਕਿ ਪ੍ਰਧਾਨ ਜੀ ਇਹ ਪ੍ਰੋਬਲਮ ਹੋ ਗਈ, ਮੈਂ ਕਿਹਾ ਮੈਂ ਬੜਾ ਸ਼ੌਕਿੰਗ ਹੋ ਗਿਆ ਕਿਉਂਕਿ ਮਹੀਨੇ 'ਚ ਦੂਜੀ ਵਟਾ ਉਸੇ ਰੋਡ ਤੇ। ਅਸੀਂ ਇਹਨਾਂ ਕੋਲੋਂ ਸੰਡੇ ਨੂੰ ਕੋਈ ਗਿਫਟ ਪੈਕ ਪਰਚੇਜ਼ ਕੀਤਾ ਸੀਗਾ, ਉਹਦੇ ਵਿੱਚ ਟੋਕਰੀ ਵਿੱਚ ਚੋਕਲੇਟ ਵਗੈਰਾ ਅਤੇ ਚਿਪਸ ਵਗੈਰਾ ਅਤੇ ਆਪਣੇ ਜੂਸ ਵਗੈਰਾ ਸੀਗਾ ਜੀ। ਅਸੀਂ ਉਹਦੀ ਕੋਈ ਡੇਟ ਨਹੀਂ ਦੇਖੀ, ਇਹਨਾਂ ਤੋਂ ਲਿੱਤਾ, ਇਹਨਾਂ ਨੇ ਸਾਡੇ 300 ਰੁਪਏ ਲਿੱਤੇ। ਅਸੀਂ ਅੱਗੇ ਸਾਡੇ ਸਮਝੀ ਸੀਗੇ, ਉਹਨਾਂ ਦੀ ਪੋਤੀ ਸੀਗੀ, ਅਸੀਂ ਉਹਨਾਂ ਨੂੰ ਗਿਫਟ ਕਰਤਾ ਜੀ ਸੋਮਵਾਰ ਨੂੰ, ਅਤੇ ਉਹ ਉਹਦੇ ਮੈਰਿਜ 'ਤੇ ਸੀਗੇ। ਉਹ ਕਹਿੰਦੇ ਵੀ ਬੈਗ 'ਚ ਪਾ ਲਈ, ਅਸੀਂ ਬੁੱਧਵਾਰ ਜਾਣਾ ਤਾਂ ਉੱਥੇ ਜਾ ਕੇ ਆਪਾਂ ਦੇਖ ਲਵਾਂਗੇ ਜੋ ਖਾਣਾ ਪੀਣਾ ਉੱਥੇ ਕਰ ਲਵਾਂਗੇ। ਅਤੇ ਉਹ ਬੁੱਧਵਾਰ ਉੱਥੇ ਪਹੁੰਚੇ, ਬੁੱਧਵਾਰ ਪਹੁੰਚਣ ਤੋਂ ਬਾਅਦ ਉਹਨੇ 4 ਵਜੇ ਕੋਈ ਚੋਕਲੇਟ ਖਾਧੀ, 2 ਘੰਟੇ ਬਾਅਦ ਉਹਨਾਂ ਨੂੰ ਦਸਤ ਲੱਗ ਗਏ, ਅਤੇ ਉਹ ਡਾਕਟਰ ਕੋਲ ਦਵਾਈ ਲਿਆ ਵੀ ਚਲੋ ਨੋਰਮਲ ਜਿਹਾ ਦਸਤ ਲੱਗਿਆ ਕੋਈ ਗੱਲ ਨਹੀਂ। ਉਹ ਜਿਉਂ ਜਿਉਂ ਸਮੇਂ ਬੀਤਦਾ ਗਿਆ, ਰਾਤੀ 11 ਵਜੇ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਸਟਾਰਟ ਹੋ ਗਈਆਂ, ਬਾਥਰੂਮ ਰਹੇ, ਲੈਟਰਿੰਗ ਰਹੇ, ਅਤੇ ਮੂੰਹ ਰਹੇ ਇਹਨਾਂ ਨੂੰ ਬਲੱਡ ਆਉਣ ਲੱਗ ਗਿਆ। ਅਤੇ ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਕੋਲ ਜ਼ਹਿਰੀਲੀ ਚੀਜ਼ ਖਾਧੀ ਹੈ, ਅਤੇ ਤੁਸੀਂ ਦੇਖੋ ਹੁਣ ਕਿਆ ਖਾਧਾ। ਅਤੇ ਉਹਨਾਂ ਦਾ ਸਾਰਾ ਧਿਆਨ ਚੋਕਲੇਟ ਦੇ ਉੱਪਰ ਹੀ ਗਿਆ, ਜੋ ਚੋਕਲੇਟ ਦੇ ਅਸੀਂ ਲੇਬਲ ਕੱਢੇ ਉੱਥੇ ਸਾਰੇ 6-6 ਮਹੀਨੇ ਪੁਰਾਣੇ ਐਕਸਪੀਰੀਅਡ ਸੀ। ਉਹਨਾਂ ਨੇ ਸਾਨੂੰ ਫੋਟੋ ਭੇਜਤੀ ਵੀ ਤੁਸੀਂ ਐਕਸਪੀਰੀਅਡ ਦਾ ਸਾਨੂੰ ਸਮਾਨ ਦਿੱਤਾ, ਅਸੀਂ ਉਰੇ ਅਸੀਂ ਉਹੀ ਸਮਾਨ ਪਰਚੇਜ਼ ਕਰਨ ਆਏ ਦੁਬਾਰਾ। ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਖਬਰ ਮਿਲ ਗਈ ਵੀ ਤੁਹਾਡੇ ਤੋਂ ਕੋਈ ਕੇਸ ਪੈਣ ਵਾਲਾ, ਇਹਨਾਂ ਨੇ ਸਮਾਨ ਉਧਰ ਕਰਤਾ। ਸਰ ਚੈਕਿੰਗ ਕਰ ਰਿਹਾ, ਪਰ ਜੇ ਸਾਨੂੰ ਕੰਪਲੇਂਟ ਮਿਲਦੀ ਹੈ ਜਿਵੇਂ ਅੱਜ ਦੀ ਕੰਪਲੇਂਟ ਮਿਲੀ, ਅਸੀਂ ਇਮੀਡੀਏਟਲੀ ਪੁਲਿਸ ਦੇ ਨਾਲ ਆ ਕੇ ਅਤੇ ਟੀਮ ਬਣਾ ਕੇ ਵਿਦਨ ਆਰ ਅਸੀਂ ਇਸ ਰਿਪੋਰਟ ਇਹਦੇ ਉੱਤੇ ਪਹੁੰਚੇ। ਸਵੇਰੇ ਸਾਡੇ ਕੋਲ ਵਿੱਕੀ ਜੀ ਆਏ, ਉਹਨੇ ਦੱਸਿਆ ਵੀ ਪ੍ਰਧਾਨ ਜੀ ਇਹ ਕਰਕੇ ਇਹ ਘਟਨਾ ਹੋ ਗਈ ਹੈ। ਮੈਨੂੰ ਬੜਾ ਸਦਮਾ ਲੱਗਿਆ, ਮੈਂ ਕਿਹਾ ਇਹ ਤਾਂ ਪਹਿਲਾਂ ਵੀ ਇੱਕ ਵਾਰ ਉੱਧਰ ਹੋਇਆ, ਕਦੀ ਪ੍ਰਧਾਨ ਜੀ ਹੋ ਗਈ। ਮੈਂ ਕਿਹਾ ਅਸੀਂ ਕੋਤਵਾਲੀ ਜਾਂਦੇ ਹਾਂ, ਕੋਤਵਾਲੀ ਜਾ ਕੇ ਅਸੀਂ ਕੰਪਲੇਂਟ ਕਰਾਈ, ਐਸ ਐਸ ਓ ਸਾਹਿਬ ਨਾਲ ਮਿਲੇ, ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਅਸੀਂ ਦੇਖੋ ਕਾਰਵਾਈ ਕਰ ਰਹੇ ਹਾਂ।